ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਅਤੇ ਇੱਕ ਬਹੁਤ ਧਾਰਮਿਕ ਜਿਹੇ ਬੰਦੇ ਦੀ ਕਹਾਣੀ ਆ, ਪਿੰਡ ਦੀ ਕਹਾਣੀ ਆ ਇੱਕ। ਅਤੇ ਉਹ ਪਿੰਡ ਦੇ ਵਿੱਚ ਨਾ ਹੜ੍ਹ ਆ ਜਾਂਦੇ ਆ, ਪਾਣੀ ਬਹੁਤ ਭਰ ਜਾਂਦਾ। ਉਹ ਜਿਹੜਾ ਧਾਰਮਿਕ ਬੰਦਾ ਹੁੰਦਾ, ਉਹ ਦੇਖਦਾ ਵੀ ਬੜੇ ਹਾਲਾਤ ਖਰਾਬ ਹੋ ਰਹੇ ਆ। ਉਹ ਪਰਮਾਤਮਾ ਦਾ ਸਿਮਰਨ ਪਹਿਲਾਂ ਹੀ ਬਹੁਤ ਕਰਦਾ ਸੀ, ਹੋਰ ਜ਼ਿਆਦਾ ਕਰਨ ਲੱਗ ਜਾਂਦਾ, ਅਰਦਾਸ ਕਰਨ ਲੱਗ ਜਾਂਦਾ ਕਿ ਰੱਬਾ ਬਚਾ ਲਈ ਮੈਨੂੰ। ਪਾਣੀ ਜਦੋਂ ਭਰੀ ਜਾਂਦਾ ਹੋਰ ਜ਼ਿਆਦਾ, ਹੜ੍ਹ ਤੇਜ਼ ਹੋਈ ਜਾਂਦੇ ਨੇ, ਅਤੇ ਉਹ ਆਪਣੇ ਘਰ ਦੀ ਛੱਤ 'ਤੇ ਜਾ ਕੇ ਚੜ੍ਹ ਜਾਂਦਾ ਵਾ। ਉਹ ਛੱਤ 'ਤੇ ਜਾ ਕੇ ਅਰਦਾਸ ਕਰਨ ਲੱਗ ਜਾਂਦਾ, ਦੇਖਦਾ ਸਾਰੇ ਪਾਸੇ ਹਾਲਾਤ ਬਹੁਤ ਖਰਾਬ ਹੋ ਗਏ, ਬੰਦੇ ਮਰਨੇ ਸ਼ੁਰੂ ਹੋ ਗਏ, ਅਤੇ ਉੱਧਰੋਂ ਜਿਹੜੇ ਬਚਾਅ ਕਾਰਜ ਨੇ ਉਹ ਵੀ ਬਹੁਤ ਤੇਜ਼ੀ ਦੇ ਨਾਲ ਕੀਤੇ ਜਾ ਰਹੇ ਆ, ਟੀਮਾਂ ਆ ਜਾਂਦੀਆਂ ਨੇ। ਅਤੇ ਉਹ ਛੱਤ 'ਤੇ ਖੜ੍ਹਾ ਅਰਦਾਸ ਕਰ ਰਿਹਾ, ਦੇਖ ਰਿਹਾ ਸਾਰਾ ਕੁਝ। ਉਹ ਜਦੋਂ ਅਰਦਾਸ ਕਰਦਾ ਹੁੰਦਾ ਤਾਂ ਪਾਣੀ ਦੇ ਵਿੱਚ ਇੱਕ ਕਿਸ਼ਤੀ ਆਉਂਦੀ ਆ। ਉਸੇ ਦਿਨ ਉਹਨੂੰ ਕਹਿੰਦੇ ਆ ਵੀ ਪਾਣੀ ਬਹੁਤ ਜ਼ਿਆਦਾ ਭਰੀ ਜਾਂਦਾ, ਵੀ ਤੂੰ ਕਿਸ਼ਤੀ ਦੇ ਵਿੱਚ ਉੱਪਰੋਂ ਛਾਲ ਮਾਰ, ਤੇਰੀ ਜਾਨ ਬਚਾ ਲਾਂਗੇ ਅਸੀਂ। ਉਹ ਕਹਿੰਦਾ ਨਹੀਂ ਬਈ, ਮੈਂ ਛਾਲ ਦੀ ਮਾਰਨੀ, ਕਿਸ਼ਤੀ ਹੈਗੀ ਆ ਤੁਹਾਡੀ ਛੋਟੀ, ਵੀ ਮੈਂ ਮਰ ਜੂੰਗਾ, ਮੈਂ ਅਰਦਾਸ ਕਰ ਰਿਹਾ ਪਰਮਾਤਮਾ ਆਪ ਆਊਗਾ ਮੈਨੂੰ ਬਚਾਉਣ ਦੇ ਲਈ, ਤੁਸੀਂ ਜਾਓ। ਉਹ ਬੰਦੇ ਬਹੁਤ ਉਹਦੀਆਂ ਮਿੰਨਤਾਂ ਕਰਦੇ ਆ ਵੀ ਭਾਈ ਆ ਜਾ, ਇਹ ਤੇਰੇ ਕੋਲ ਮੌਕਾ ਵਾ, ਨਹੀਂ ਤੂੰ ਮਰਦਾ ਕਿਸ਼ਤੀ ਦੇ ਵਿੱਚ ਛਾਲ ਮਾਰ, ਜੇ ਥੱਲੇ ਗਿਰ ਵੀ ਗਿਆ ਅਸੀਂ ਤੈਨੂੰ ਕੱਢ ਲਾਂਗੇ। ਉਹ ਬੰਦਾ ਨਹੀਂ, ਉਹ ਡਰਦਾ, ਕਹਿੰਦਾ ਨਹੀਂ ਮੈਂ ਛਾਲ ਨਹੀਂ ਮਾਰਨੀ, ਮੇਰਾ ਪਰਮਾਤਮਾ ਆ ਜੂਗਾ, ਤੁਸੀਂ ਜਾਓ। ਉਹ ਬੰਦਿਆਂ ਨੇ ਹੋਰ ਵੀ ਅੱਗੇ ਬੰਦੇ ਬਚਾਉਣੇ ਸੀ ਅਤੇ ਉਹ ਚਲੇ ਜਾਂਦੇ ਆ। ਚਲੋ ਜੀ, ਇੱਕ ਦਿਨ ਪੂਰਾ ਬੀਤ ਜਾਂਦਾ ਜੀ, ਪਾਣੀ ਵਧੀ ਜਾਂਦਾ ਵਧੀ ਜਾਂਦਾ। ਅਗਲਾ ਦਿਨ ਆ ਜਾਂਦਾ ਜੀ, ਉਹ ਉੱਥੇ ਖੜ੍ਹਾ ਅਰਦਾਸ ਹੀ ਕਰੀ ਜਾਂਦਾ, ਬੰਦਾ ਥੱਲੇ ਨਹੀਂ ਜਾਂਦਾ, ਉਹਨੂੰ ਇਹ ਡਰ ਸੀ ਜੀ ਮੈਂ ਥੱਲੇ ਗਿਆ ਹੁਣ ਪਾਣੀ ਜ਼ਿਆਦਾ ਹੋ ਗਿਆ ਮੈਂ ਮਰ ਜੂੰਗਾ। ਅਗਲੇ ਦਿਨ ਫਿਰ ਉਹੀ ਬੰਦੇ ਆਉਂਦੇ ਨੇ, ਉਹ ਕਿਸ਼ਤੀ ਥੋੜ੍ਹੀ ਵੱਡੀ ਲੈ ਕੇ ਆਏ ਸੀ, ਉਹਨੂੰ ਆਵਾਜ਼ ਮਾਰਦੇ ਆ ਭਾਈ ਅੱਜ ਆ ਜਾ, ਕਿਸ਼ਤੀ ਵੱਡੀ ਲੈ ਕੇ ਆਏ ਹਾਂ, ਛਾਲ ਮਾਰ ਤੇਰੀ ਜਾਨ ਬਚ ਜੂਗੀ। ਉਹ ਬੰਦਾ ਫਿਰ ਕਹਿੰਦਾ ਨਹੀਂ ਮੈਂ ਛਾਲ ਨਹੀਂ ਮਾਰਨੀ, ਵੀ ਮੈਂ ਪਾਣੀ 'ਚ ਡਿੱਗੂੰਗਾ, ਮੈਂ ਮਰ ਜੂੰਗਾ, ਕਿਸ਼ਤੀ ਫਿਰ ਵੀ ਮੈਨੂੰ ਲੱਗ ਰਿਹਾ ਵੀ ਤੁਸੀਂ ਛੋਟੀ ਓ ਲੈ ਕੇ ਆਏ ਹੋ, ਇਹਦੇ ਵਿੱਚ ਮੈਂ ਨਹੀਂ ਛਾਲ ਮਾਰ ਕੇ ਆਊਂਗਾ ਪੂਰਾ। ਚਲੋ ਜੀ, ਉਹ ਫਿਰ ਮਿਹਨਤਾਂ ਕਰਦੇ ਆ ਬੰਦੇ, ਅਤੇ ਉਹ ਬੰਦਾ ਫਿਰ ਨਹੀਂ ਮੰਨਦਾ, ਅਰਦਾਸ ਕਰੀ ਜਾਂਦਾ, ਕਹਿੰਦਾ ਪਰਮਾਤਮਾ ਆ ਜੂਗਾ ਕੋਈ ਗੱਲ ਨਹੀਂ ਤੁਸੀਂ ਜਾਓ। ਉਹ ਬੰਦੇ ਅੱਕ ਕੇ ਚਲੇ ਜਾਂਦੇ ਆ ਜੀ। ਫਿਰ ਅਗਲਾ ਦਿਨ ਹੋ ਜਾਂਦਾ, ਤੀਜਾ ਦਿਨ ਚੜ੍ਹ ਗਿਆ ਜੀ, ਅੱਜ ਬੰਦਾ ਛੱਤ 'ਤੇ ਖੜ੍ਹਾ ਅਰਦਾਸ ਕਰ ਰਿਹਾ ਪਰਮਾਤਮਾ ਨੂੰ, ਧਿਆਈ ਜਾਂਦਾ, ਪਰਮਾਤਮਾ ਉਹਨੂੰ ਬੁਲਾ ਰਿਹਾ ਕਿ ਆ ਜਾ ਮੇਰੀ ਮਦਦ ਕਰ ਆ ਕੇ। ਪਾਣੀ ਜਿਹੜਾ ਬਹੁਤ ਉੱਪਰ ਤੱਕ ਭਰ ਗਿਆ, ਅਤੇ ਉੱਤੋਂ ਹੈਲੀਕਾਪਟਰ ਆਉਂਦਾ ਜੀ ਇੱਕ, ਉਸ ਬੰਦੇ ਦੇ ਕੋਲ ਰੱਸੀ ਸੁੱਟਦੇ ਆ ਉਹ ਬੰਦੇ ਉੱਪਰੋਂ ਕਿ ਆ ਰੱਸੀ ਫੜ ਅਤੇ ਅਸੀਂ ਤੈਨੂੰ ਖਿੱਚਦੇ ਹਾਂ। ਉਹ ਕਹਿੰਦਾ ਨਹੀਂ ਵੀ ਰੱਸੀ ਟੁੱਟ ਜੂਗੀ, ਇਹ ਤਾਂ ਬਹੁਤ ਰਿਸਕੀ ਕੰਮ, ਮੈਂ ਨਹੀਂ ਆਉਣਾ ਤੁਹਾਡੇ ਨਾਲ, ਤੁਸੀਂ ਜਾਓ, ਤੀਜਾ ਦੇਣਾ ਅੱਜ ਪਰਮਾਤਮਾ ਜ਼ਰੂਰ ਆਊਗਾ। ਉਹ ਬੰਦੇ ਵੀ ਉੱਪਰੋਂ ਮਿੰਨਤਾਂ ਕਰਦੇ ਆ ਵੀ ਭਾਈ ਫਿਰ ਤੇਰੇ ਕੋਲ ਮੌਕਾ ਵਾ, ਤੂੰ ਆ ਜਾ ਉੱਪਰ, ਤੇਰੀ ਜਾਨ ਬਚ ਜੂਗੀ। ਕਹਿੰਦਾ ਨਹੀਂ, ਮੇਰੀ ਜਾਨ ਬਚਾਉਣ ਦੇ ਲਈ ਸਿਰਫ ਅਤੇ ਸਿਰਫ ਪਰਮਾਤਮਾ ਆਊਗਾ। ਉਹ ਬੰਦੇ ਵੀ ਅੱਕ ਕੇ ਹੈਲੀਕਾਪਟਰ ਲੈ ਕੇ ਉੱਥੋਂ ਚਲੇ ਜਾਂਦੇ ਨੇ। ਦੋਸਤੋ, ਉਸੇ ਰਾਤ ਨੂੰ ਇੰਨਾ ਕੁ ਪਾਣੀ ਜਿਹੜਾ ਉਹ ਭਰ ਜਾਂਦਾ ਕਿ ਉਸ ਬੰਦੇ ਦੀ ਉਸ ਪਾਣੀ ਦੇ ਵਿੱਚ ਡੁੱਬ ਕੇ ਮੌਤ ਹੋ ਜਾਂਦੀ ਆ। ਹੁਣ ਇੱਕ ਕਾਲਪਨਿਕ ਕਹਾਣੀ ਆ ਤੁਹਾਨੂੰ ਸਿੱਖਿਆ ਦੇਣ ਵਾਸਤੇ। ਮੌਤ ਤੋਂ ਬਾਅਦ ਉਹ ਬੰਦਾ ਜਦੋਂ ਪਰਮਾਤਮਾ ਦੇ ਕੋਲ ਪਹੁੰਚਦਾ, ਰੱਬ ਨੂੰ ਜਾ ਕੇ ਸਿੱਧਾ ਤਾਨਾ ਦਿੰਦਾ ਕਿ ਰੱਬਾ ਇੰਨਾ ਤੇਰਾ ਮੈਂ ਨਾਮ ਲਿਆ, ਇੰਨਾ ਤੇਰਾ ਸਿਮਰਨ ਕੀਤਾ, ਮੈਂ ਅਰਦਾਸ ਕੀਤੀ, ਤੈਨੂੰ ਇੰਨਾ ਮੈਂ ਬੁਲਾਇਆ ਅਤੇ ਤੂੰ ਮੇਰੀ ਮਦਦ ਕਰਨ ਦੇ ਲਈ ਆਇਆ ਕਿਉਂ ਨਹੀਂ? ਪਰਮਾਤਮਾ ਪਤਾ ਕੀ ਜਵਾਬ ਦਿੰਦਾ? ਕਹਿੰਦਾ ਉਹ ਮੂਰਖਾ, ਉਹ ਜਿਹੜੇ 3 ਦਿਨ ਉਹ ਬੰਦੇ ਤੈਨੂੰ ਲੈਣ ਲਈ ਆਉਂਦੇ ਰਹੇ, ਉਹ ਮੇਰੀ ਭੇਜੇ ਸੀ, ਮੈਂ ਹੀ ਤੈਨੂੰ ਬਚਾਉਣ ਵਾਸਤੇ ਭੇਜਿਆ ਸੀ ਉਹਨਾਂ ਨੂੰ, ਪਰ ਤੂੰ ਚਾਹੁੰਦਾ ਸੀ ਕਿ ਰੱਬ ਆਪ ਆਵੇ। ਕਿ ਰੱਬ ਕਦੇ ਆਪ ਆਉਂਦਾ? ਉਹ ਤਾਂ ਜ਼ਰੀਆ ਬਣ ਕੇ ਆਉਂਦਾ ਵਾ।
ਹੁਣ ਇਕੱਲੀ ਅਰਦਾਸ ਨਹੀਂ ਕਰਨੀ ਹੁੰਦੀ, ਕੁਛ ਹਿੰਮਤ ਵੀ ਆਪਾਂ ਆਪ ਕਰਨੀ ਹੁੰਦੀ ਆ। ਉਹ ਤਾਂ ਤੂੰ ਛਾਲ ਮਾਰਨੀ ਸੀ, ਤੇਰੀ ਜਾਨ ਬਚਣੀ ਸੀ, ਅਰਦਾਸ ਨੇ ਆਪਣੀ ਜਗ੍ਹਾ ਕੰਮ ਕਰਨਾ, ਅਤੇ ਤੇਰੇ ਜਿਹੜੇ ਤੇਰੀ ਐਕਟੀਵਿਟੀ ਆ ਜਿਹੜੀ ਤੂੰ ਆਪ ਕਰਨੀ ਆ ਉਹਨੇ ਆਪਣੀ ਜਗ੍ਹਾ ਕੰਮ ਕਰਨਾ। ਉਹ ਬੰਦਾ ਮਾਰਦਾ ਜੀ ਆਪਣੇ ਮੱਥੇ 'ਤੇ ਹੱਥ ਵੀ ਮੈਂ ਇਹ ਕੀ ਕਰ ਬੈਠਾ, ਆਪਣੀ ਜਾਨ ਗਵਾ ਬੈਠਾ। ਅਤੇ ਪਰਮਾਤਮਾ ਆਪ ਹੀ ਉਹ ਸਾਰਾ ਕੁਝ ਕਰ ਰਿਹਾ ਸੀ, ਸਾਰਾ ਉਹ ਸਮਾਂ ਬਣਾ ਰਿਹਾ ਸੀਗਾ, ਪਰ ਮੇਰੇ ਖਾਨੇ ਦੇ ਵਿੱਚ ਉਹ ਗੱਲ ਪਈ ਨਹੀਂ ਅਤੇ ਮੈਂ ਉਹ ਲੋਕਾਂ ਨੂੰ ਭਜਾਉਂਦਾ ਰਿਹਾ ਉੱਥੋਂ। ਦੋਸਤੋ ਕਹਾਣੀ ਤਾਂ ਦੇਖੋ ਇੰਨੀ ਕੀ ਆ, ਪਰ ਸਿੱਖਿਆ ਉਹੀ ਆ ਕਿ ਰੱਬ ਕਦੇ ਵੀ ਆਪ ਤੁਹਾਡੀ ਮਦਦ ਕਰਨ ਦੇ ਲਈ ਨਹੀਂ ਆਉਂਦਾ, ਉਹ ਕੋਈ ਨਾ ਕੋਈ ਜ਼ਰੀਆ ਬਣ ਕੇ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਂਦਾ ਵਾ। ਉਹ ਕਿਸੇ ਇਨਸਾਨ ਦੇ ਜ਼ਰੀਏ ਆ ਸਕਦਾ, ਕਿਸੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੀ ਮਦਦ ਕਰਨ ਦੇ ਲਈ ਕਦੇ ਵੀ ਆ ਸਕਦਾ। ਸੋ ਇੱਕ ਸਿੱਖਿਆ ਜਿਹੜੀ ਹੋਰ ਮਿਲਦੀ ਆ ਕਿ ਆਪਾਂ ਜ਼ਰੂਰ ਪਰਮਾਤਮਾ ਅੱਗੇ ਅਰਦਾਸ ਦਿਨ ਰਾਤ ਕਰਨੀ ਚਾਹੀਦੀ ਆ, ਉਹਦੇ ਅੱਗੇ ਝੋਲੀ ਜ਼ਰੂਰ ਅੱਡਣੀ ਚਾਹੀਦੀ ਆ, ਪਰ ਨਾਲ ਆਪਣਾ ਕਰਮ ਆ ਜਿਹੜਾ ਉਹ ਕਰਨਾ ਵੀ ਬਹੁਤ ਜ਼ਰੂਰੀ ਆ। ਜੇ ਕਰਮ ਨਹੀਂ ਕਰਾਂਗੇ ਤਾਂ ਅਰਦਾਸ ਕਰਨ ਦਾ ਵੀ ਕੋਈ ਫਾਇਦਾ ਨਹੀਂ। ਕਰਮ ਨੇ ਆਪਣਾ ਫਲ ਦੇਣਾ ਅਤੇ ਉਹ 'ਤੇ ਭਾਗ ਜਿਹੜੇ ਆ ਉਹ ਪਰਮਾਤਮਾ ਨੂੰ ਜਦੋਂ ਅਰਦਾਸ ਕਰੋਗੇ ਉਹ ਜ਼ਰੂਰ ਲੱਗਣਗੇ। ਬਹੁਤ ਬਹੁਤ ਧੰਨਵਾਦ ਜੀ, ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਜਲਦੀ ਹਾਜ਼ਰ ਹੁੰਦਾ।